ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਨਾਮ ਜਪਣ ਦਾ ਹੁਕਮ ਤੇ ਨਾਮ ਜਪਣ ਦੀਆਂ ਬਰਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਆਦ ਤੋਂ ਅੰਤ ਤਾਈਂ ਇਹੋ ਉਪਦੇਸ਼ ਦਰਵਾਉਂਦੀ ਹੈ ਕਿ ਨਾਮ ਜਪੋ ਨਾਮ ਜਪੋ ਹਰ ਇੱਕ ਗੁਰੂ ਆਗਤੋਂ ਇਹੋ ਹੁਕਮ ਮਿਲਦਾ ਹੈ ਕਿ ਨਾਮ ਅਰਾਧੋ ਨਾਮ ਜਪੋ ਇੱਕ ਨਿਮਖ ਭਰ ਵੀ ਵਿਲੰਭ ਨਾ ਕਰੋ ਮਾਨਸ ਜਨਮ ਦਾ ਸੱਚਾ ਲਾਹਾ ਇਹੋ ਹੈ ਸਾਰੀ ਗੁਰਬਾਣੀ ਦਾ ਤਤਸਾਰ ਇਹੋ ਹੈ ਗੁਰਮਤ ਦੀ ਸੱਚੀ ਮਤ ਹਦਾਇਤ ਇਹੋ ਹੈ ਸਤਗੁਰ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮਨ ਸਰ ਹੁਕਮ ਇਹੋ ਹੈ ਪਰ ਅੱਜ ਕੱਲ ਦੇ ਵਿਦਿਆ ਅਕਲ ਸਹਿ ਸਿਆਣਪੀ ਯੂਰਪੀ ਤਹਿਜ਼ੀਬ ਦੇ ilm ਤੇ ਅਸਰ ੇਠਾਏ ਬਹੁਤ ਸਾਰੇ ਸਿੱਖ ਜਗਿਆਸੂ ਸਤਗੁਰੂ ਦੇ ਤਤਸਾਰ ਹੁਕਮਤੋਂ ਉੱਕੇ ਹੀ ਮਨਹਰਫਨ ਉਹਨਾਂ ਨੂੰ ਗੁਰਬਾਣੀ ਦੇ ਇਹ ਵਾਕ ਪੁੰਹਦੇ ਹੀ ਨਹੀਂ ਇਸ ਹੁਕਮ ਦੇ ਮੰਨਣੋਂ ਉਹ ਸਿਰਫ ਸਿਰ ਹੀ ਨਹੀਂ ਫੇਰਦੇ ਸਗੋਂ ਇਸ ਹੁਕਮ ਮਨਹਰਫੀ ਦਾ ਪੰਥ ਵਿਖੇ ਪ੍ਰਚਾਰ ਕਰਦੇ ਹਨ ਪੰਥਕ ਪੇਪਰ ਅਖਬਾਰ ਇਹਨਾਂ ਦੇ ਵਸ ਹੁਣ ਕਰਕੇ ਬੜੇ ਬੜੇ ਲੰਮੇ ਚੌੜੇ ਲੇਖ ਲਗਾਤਾਰ ਅਤੇ ਸلسਲੇਵਾਰ ਲਿਖ ਲਿਖ ਗੁਰੂ ਹੁਕਮਾਂ ਦੀ ਬੇਮੁਖਤਾ ਦਾ ਖੁੱਲਮ ਖੁੱਲਾ ਪ੍ਰਚਾਰ ਕਰ ਰਹੇ ਹਨ ਗੁਰਮਤ ਪ੍ਰਚਾਰ ਦੇ ਥਾਂ ਸਗੋਂ ਗੁਰਮਤ ਪਰਹਾਰ ਕਰ ਰਹੇ ਹਨ ਉਹਨਾਂ ਦੇ ਲੇਖ ਦੱਸ ਰਹੇ ਹਨ ਕਿ ਜੋ ਕੁਝ ਉਹ ਲਿਖ ਰਹੇ ਹਨ ਉਸ ਉੱਪਰ ਉਹਨਾਂ ਨੂੰ ਖੁਦ ਵਿਸ਼ਵਾਸ ਨਹੀਂ ਧ੍ਰੜ ਪਰੋਸੇ ਬਿਹੁ ਡਾਵਾਂ ਡੋਲ ਹੋ ਰਹੇ ਹਨ ਕੈਸੀ ਪਹਿੜੀ ਤੇ ਪਿਆਨਕ ਖਾਲਤ ਹੈ ਕਿ ਜਿਸ ਮਜ਼ਮੂਨ ਉੱਤੇ ਉਹ ਖੁਦ ਹਾਵੀ ਨਹੀਂ ਉਸ ਦੇ ਲਿਖਾਰੀ ਹੋਣ ਦਾ ਕਿਉਂ ਦਾਵਾ ਬਨਣ ਜਿਸ ਮਾਰਗ ਤੇ ਉਹ ਪਾਂਦੀ ਹੀ ਨਹੀਂ ਜਿਸ ਰਾਹ ਤੇ ਉਹ ਜਾਣੂ ਹੀ ਨਹੀਂ ਉਸ ਬਾਬਤ ਉਹਨਾਂ ਨੂੰ ਲਿਖਣ ਲਿਖਾਉਣ ਦੀ ਕੀ ਲੋੜ ਹੈ ਇੱਕ ਵਾਰ ਨਹੀਂ ਅਨੇਕ ਵਾਰ ਅਤੇ ਭਾਂਤ ਭਾਂਤ ਦੇ ਪੰਥਕ ਅਖਬਾਰਾਂ ਰਸਾਲਿਆਂ ਅੰਦਰ ਨਾਮ ਬਾਣੀ ਦੇ ਸਰਲੇਖੇਠਾਂ ਐਸੇ ਲੇਖ ਸਪਸ਼ਟ ਤੌਰ ਤੇ ਛਪੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਅਤੇ ਪੱਥਰ ਪੱਥਰ ਆਖਣਾ ਇੱਕੋ ਜਿਹਾ ਹੀ ਅਸਰ ਰੱਖਦਾ ਹੈ ਗੁਰੂ ਘਰ ਵਿਖੇ ਕੋਈ ਖਾਸ ਨਾਮ ਨਹੀਂ ਜਿਸ ਦਾ ਜਾਪ ਅਭਿਆਸ ਕਰਨਾ ਵਿਧਾਨ ਹੈ ਬਸ ਪ੍ਰੇਮ ਹੀ ਮੁਖ ਹੈ ਪਰ ਨਾਮ ਨਾਲ ਪੱਥਰ-ਪੱਥਰ ਆਖੀ ਜਾਣ ਦਾ ਵੀ ਉਹ ਅਸਰ ਹੈ ਜਿਹਾ ਕਿ ਰਾਮ ਰਾਮ अथवा ਵਾਹਿਗੁਰੂ ਵਾਹਿਗੁਰੂ ਆਖੀ ਜਾਣ ਦਾ ਇਸ ਮਨਮਤ ਦੀ ਪ੍ਰੋੜਤਾ ਵਿੱਚ ਉਹ ਮਨਕੜਤ ਕਹਾਣੀਆਂ ਘੜ-ਘੜ ਲਿਖ ਸੁਣਾਉਂਦੇ ਹਨ ਇਸ ਵਿਧ ਉਹ ਗੁਰਮਤ ਦੇ ਥਾਂ ਮਨਮਤ ਦਾ ਪ੍ਰਚਾਰ ਕਰਦੇ ਹਨ ਤਿਨਾ ਪ੍ਰਤੀ ਹੀ ਇਹ ਗੁਰਵਾਕ ਠੀਕ ਘਟਦਾ ਹੈ ਮਨਮੁਖ ਅੰਧਲੇ ਗੁਰਮਤ ਨਾ ਭਾਈ ਪਸ਼ੂ ਭਏ ਅਭਿਮਾਨ ਨਾ ਜਾਈ ਬਸੰਤ ਮਹਿਲਾ ਪਹਿਲਾ ਉਹ ਕਹਿੰਦੇ ਹਨ ਕਿ ਮਨੁਕਤ ਕੋਈ ਅੱਖਰ ਵੀ ਆਖੀ ਜਾਓ ਪਰ ਪ੍ਰੇਮ ਨਾਲ ਆਖੀ ਜਾਓ ਉਹ ਤਾਂ ਸਭ ਸਫਲਾ ਹੈ ਪਰ ਰੱਬ ਦਾ ਕੋਈ ਖਾਸ ਨਾਮ ਵੀ ਭਾਵੇਂ ਹੋਵੇ ਉਸ ਨੂੰ ਅਪ੍ਰੇਮ ਸਹਿਤ ਆਖਣਾ ਕਦੀ ਵੀ ਫਲੀਪੂਤ ਨਹੀਂ ਹੁੰਦਾ ਇੱਕ ਮਨਕਰਤ ਗਪੌੜ ਕਹਾਣੀ ਲਿਖ ਕੇ ਉਹ ਸਾਬਤ ਕਰਦੇ ਹਨ ਕਿ ਇੱਕ ਪੁਰਸ਼ ਸੂਦੇ ਸੁਭਾ ਨਾਲ ਮੂਰਖ ਮੂਰਖ ਪਦਾਂ ਦਾ ਜਾਪ ਜਪ ਕੇ ਹੀ ਸਦਗਤੀ ਨੂੰ ਪ੍ਰਾਪਤ ਹੋ ਗਿਆ ਸੀ ਅਸੀਂ ਇਸ ਗਪੌੜ ਕਥਾ ਨੂੰ ਕਦਾਚਿਤ ਵੀ تسلیم ਨਹੀਂ ਕਰ ਸਕਦੇ ਕਿਉਂਕਿ ਗੁਰਮਤਿ ਆਸ਼ੇਤ ਉੱਕੀ ਹੀ ਪ੍ਰਤੀਕੂਲ ਹੈ ਨਾ ਹੀ ਕਿਸੇ ਗੁਰੂ ਘਰ ਦੇ ਇਤਿਹਾਸ ਅੰਦਰ ਐਸੀ ਕੋਈ ਗਪੌੜ ਕਥਾ ਅਸੀਂ ਅੱਜ ਤਾਈਂ ਪੜ੍ਹੀ ਸੁਣੀ ਹੈ ਐਸੀਆਂ ਗੱਲਾਂ ਦੇ ਲਿਖਾਰੀਆਂ ਵਿੱਚੋਂ ਇੱਕ ਲੇਖਕ ਆਪਣੇ ਲੇਖ ਵਿੱਚ ਕੁਝ ਸਤਰਾਂ ਇਸவித ਲਿਖਦੇ ਹਨ ਅਸਲ ਗੱਲ ਤਾਂ ਇਹ ਹੈ ਕਿ ਕੋਈ ਨਾਮ ਵੀ ਪਰਮੇਸ਼ਰ ਦਾ ਨਹੀਂ ਹੋ ਸਕਦਾ ਜੇ ਤੁਸੀਂ ਲਫ਼ਜ਼ੀ ਮਤਲਬ ਲਵੋਗੇ ਤਾਂ ਹਰ ਇੱਕ ਨਾਮ ਕਿਸੇ ਦੇ ਗੁਣਾ ਨੂੰ ਪ੍ਰਗਟ ਕਰੇਗਾ ਸੋ ਅਸਲ ਕੋਈ ਇੱਕ ਨਾਮ ਉਸ ਵਾਹਿਗੁਰੂ ਦਾ ਹੋ ਹੀ ਨਹੀਂ ਸਕਦਾ ਕਿਸੇ ਇੱਕ ਬੇਮਤਲਬੇ ਲਫ਼ਜ਼ ਨੂੰ ਕਈ ਜਾਣਾ ਕੀ ਗੁਣ ਕਰ ਸਕਦਾ ਹੈ ਆਦੀ ਇਸ ਪ੍ਰਕਾਰ ਦੀਆਂ ਮਨ ਉਕਤ ਦਲੀਲਾਂ ਦੇ ਦੇ ਕੇ ਉਹ ਗੁਰਮਤ ਦੇ ਨਾਮ ਭਗਤੀ ਵਾਲੇ ਅਸੂਲ ਤੋਂ ਸਰਕਸ਼ੀ ਕਰ ਰਹੇ ਹਨ ਅਤੇ ਭੋਲੇ ਭਾਲੇ ਸਿੱਧੜ ਸਿੱਖਾਂ ਨੂੰ ਗੁਰਬਾਣੀ ਅਤੇ ਗੁਰਮਤ ਨਾਮ ਤੋਂ ਅਸ਼ਰਦਕ ਬਣਾ ਰਹੇ ਹਨ ਅਸੀਂ ਐਸੇ ਲੇਖਕਾਂ ਨੂੰ ਸਨੇਮਰ ਬੇਨਤੀ ਕਰਦੇ ਹਾਂ ਕਿ ਉਹ ਇਸ ਮਨਮਤ ਨੂੰ ਛੱਡ ਕੇ ਨਾਮ ਬਾਣੀ ਦੇ ਖੋਜੀ ਬਣਨ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਦੀਕਸ਼ਤ ਵਾਕਾਂ ਉਤੇ ਅਮਲ ਕਰਨਾ ਚਾਹੀਦਾ ਹੈ ਯਥਾ ਗੁਰ ਵਾਕ ਛਾੜ ਸਿਆਣ ਬਹੁ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਗੌੜੀ ਮਹੱਲਾ ਪੰਜਵਾਂ ਚਤੁਰਾਈਆਂ ਅਤੇ ਸਿਆਣਪਾਂ ਮਨ ਦੀਆਂ ਮੱਤਾਂ ਛੱਡ ਕੇ ਸਤਿਗੁਰੂ ਪੂਰੇ ਉੱਪਰ ਸ਼ਰਧਾ ਭਾਵਨੀ ਵਾਲੀ ਟੇਕ ਟਿਕਾਉਣੀ ਚਾਹੀਦੀ ਹੈ ਪਰ ਸਪਸ਼ਟ ਇਹੋ ਜਾਪਦਾ ਹੈ ਕਿ ਅਜਿਹੇ ਪੁਰਸ਼ਾਂ ਦੀ ਗੁਰੂ ਅਤੇ ਗੁਰਬਾਣੀ ਉੱਤੇ ਰਾਈ ਮਾਤਰ ਵੀ ਸ਼ਰਧਾ ਨਹੀਂ ਸ਼ਰਧਾ ਹੋਵੇ ਤਾਂ ਉਹ ਅਜਿਹੇ ਗੁਰਵਾਕ ਮੰਨਣੋ ਕਦੇ ਸਿਰ ਨਾ ਫੇਰਨ ਅਤੇ ਨਾਮ ਤੋਂ ਕਦੇ ਮੁਨਕਰ ਨਾ ਹੋਵਣ ਗੁਰਬਾਣੀ ਗੁਰੂ ਕੇ ਵਾਕ ਤਾਂ ਇਉਂ ਦੱਸਦੇ ਹਨ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਗੌੜੀ ਮਹੱਲਾ ਪੰਜਵਾ ਅਰਥਾਤ ਸਤਗੁਰੂ ਨੇ ਨਾਮ ਰੂਪੀ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ ਜਿਸ ਦੀ ਬਰਕਤ ਨਾਲ ਸਾਰੇ ਵਿਸੂਰੇ ਮਿਟ ਗਏ ਹਨ ਅਤੇ ਚਿੰਤਾ ਉਤਰ ਗਈ ਹੈ ਪਰ ਗੁਰਬਾਣੀ ਤੋਂ ਅਸ਼ਰਦ ਕਹਿੰਦੇ ਹਨ ਕਿ ਨਾ ਕੋਈ ਨਾਮ ਹੈ ਤੇ ਨਾ ਨਾਮ ਜਪਣ ਦੀ ਲੋੜ ਹੈ ਸੱਚੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਵਾਕ ਰੂਪੀ ਹੁਕਮ ਹੈ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇਂ ਦਰਬਾਰੇ ਗੌੜੀ ਮਹੱਲਾ ਪੰਜਵਾਂ ਅਰਥਾਤ हे ਸਾਡੇ ਮਿੱਤਰ ਪਿਆਰੇ ਤੂੰ ਗੁਰੂ ਗੁਰੂ ਜਪ ਅਤੇ ਇਸ ਜਪ ਜਪਣ ਦਾ ਫਲ ਕੀ ਹੈ ਅਕਾਲ ਪੁਰਖ ਦੀ ਸੱਚੀ ਦਰਗਾਹ ਵਿੱਚ ਤੇਰਾ ਮੁਖ ਉਜਲਾ ਹੋਵੇਗਾ ਨਾਮ ਜਪਣ ਦੀ ਅਕਲ ਕਲਾ ਦਾ ਪਾਰਸ ਪਾਰ ਜਾਤੀ ਫਲ ਨਿਰਸੰਦੇ ਇਹੋ ਹੋਵੇਗਾ ਕਿਉਂਕਿ ਸਤਿਗੁਰੂ ਦੀ ਬਾਣੀ ਸਤ ਸਤ ਹੈ ਗੁਰਵਾਖ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਏ ਗੌੜੀ ਕੀ ਵਾਰ ਮਹਿਲਾ ਚੌਥਾ ਹੁਣ ਦੱਸੋ ਅਸੀਂ ਸਤ ਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੀਏ ਜਾਂ ਓਜੜੇ ਪਏ ਆਗੂਆਂ ਦੀ ਮਤ ਨੂੰ ਸੱਚਾ ਮੰਨੀਏ ਗੁਰੂ ਗੁਰੂ ਜਪਣ ਨੂੰ ਉਹ ਬੇਮਤਲਬੇ ਲਫਜ਼ ਰਟਣੇ ਆਖੀ ਜਾਣ ਪਰ ਸਿੱਖਾਂ ਸ਼ਰਧਾਲੂਆਂ ਦੇ ਨਿਕਟ ਤਾਂ ਇਹ ਐਨ ਪੁਰ ਮਤਲਬ ਦਮਵਾਖਨ ਜਿਸ ਗੁਰੂ ਗੁਰੂ ਜਪਣ ਨਾਲ ਮੁਖ ਉਜਲ ਹੋਵੇ ਦਰਬਾਰੇ ਵਾਲਾ ਮਨੁੱਖ ਦੇ ਦਾ ਸਫਲ ਜਨਮੀ ਲਾਹਾ ਪ੍ਰਾਪਤ ਹੋਣਾ ਗੁਰੂ ਸਾਹਿਬ ਦਰਸਾਉਣ ਉਹ ਗੁਰੂ ਗੁਰੂ ਜਪਣ ਰੂਪੀ ਵਾਕਾਂ ਨੂੰ ਗੁਰੂ ਕਾ ਸ਼ਰਧਾਵਾਨ ਸਿੱਖ ਤਾਂ ਬੇਮਤਲਬੇ ਲਫ਼ਜ਼ ਨਹੀਂ ਕਹਿ ਸਕਦਾ ਅਸ਼ਰਦਕ ਲੋਕ ਕਹਿਣ ਤਾਂ ਇਹ ਉਹਨਾਂ ਦੇ ਅਭਾਗ ਹਨ ਅਤੇ ਉਹਨਾਂ ਦੀ ਅਧੁਗਤੀ ਦੇ ਇਹ ਮੰਦੇ ਲੱਛਣ ਹਨ ਸਾਡੇ ਸੱਚੇ ਗੁਰਦੇਵ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਂ ਫਰਮਾਉਂਦੇ ਹਨ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾਉ ਰਹਿਣ ਦਿਨਸ ਗੁਣ ਗਾਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ ਉਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਗੌੜੀ ਮਹੱਲਾ ਪੰਜਵਾਂ ਭਾਵ ਜਿਸ ਨਾਮ ਦੇ ਸਿਮਰਨ ਕਰਕੇ ਤੇਰੀ ਸਾਰੀ ਬਿਪਤ ਬਲਾਈ ਦੂਰ ਹੋ ਜਾਏ ਜਿਸ ਨਾਮ ਦੇ ਸਿਮਰਨ ਕਰਕੇ ਸਰਬ ਮੋਖ ਕਲਿਆਣ ਅੰਤਰ ਆਤਮੇ ਹੀ ਆਏ ਵਸਨ ਹੈ ਮਨ ਮੇਰੇ ਤੂੰ ਐਸੇ ਨਾਮ ਨੂੰ ਹੀ ਕੇਵਲ ਇੱਕਾ ਨਾਮ ਨੂੰ ਹੀ ਭਜ ਇਸ ਇੱਕਾ ਨਾਮ ਨੇ ਹੀ ਇੱਥੇ ਉੱਥੇ ਆਗੈ ਪਛੈ ਲੋਕ ਪਰਲੋਕ ਵਿਖੇ ਤੇਰੇ ਜੀਵਣ ਦੇ ਕੰਮ ਆਉਣਾ ਹੈ ਪਰ ਅ ਸਾਡੇ ਅਸ਼ਰਦਕ ਵੀਰ ਇਹ ਪੁੱਠੀਆਂ ਪਲੌਣੀਆਂ ਦੇਣ ਕਿ ਨਾਮ ਕੋਈ ਨਹੀਂ ਅਤੇ ਨਾਮ ਨਰੂਪਣੀ ਅੱਖਰਾਂ ਵਾਲੇ ਪਦ ਸਭ ਬੇਮਤਲਬੇ ਲਫ਼ਜ਼ ਹਨ ਤਾ ਦੱਸੋ ਅਸੀਂ ਗੁਰੂ ਦੇ ਸਿੱਖ ਹੁੰਦੇ ਹੋਏ ਸਤਗੁਰਾਂ ਦੀ ਮਤ ਮੰਨੀਏ ਕਿ ਸਤਗੁਰੂ ਮਤ ਤੋਂ ਬੇਮੁਖ ਕਰਾਉਣ ਹਾਰਿਆਂ ਦੀ ਮਤ ਮੰਨੀਏ ਜਿਸ ਨਾਮ ਨੂੰ ਜਪਣ ਲਈ ਗੁਰੂ ਸਾਹਿਬ ਸਮਗਰ ਗੁਰਬਾਣੀ ਵਾਕਾਂ ਅੰਦਰ ਜ਼ੋਰਦਾਰ ਅਪੀਲ ਸਾਡੇ ਮਨਾਂ ਤਾਈਂ ਕਰਦੇ ਹਨ ਅਤੇ ਜਿਸ ਨਾਮ ਤੇ ਜਪਣ ਸਿਮਰਨ ਕਰਕੇ ਸਾਡੀਆਂ ਸਭ ਬਲਾਈਆਂ ਦੂਰ ਹੋਵਣ ਅਤੇ ਸਰਬ ਕਲਿਆਣਾ ਮਨ ਆਏ ਵਸਣ ਤੇ ਜੋ ਨਾਮ ਕੇਵਲ ਨਾਮ ਹੀ ਸਾਡੇ ਜੀਵ ਆਤਮਾ ਦਾ ਦੋਹੀ ਲੋਕੀ ਕਲਿਆਣਕਾਰੀ ਤੇ ਸਹਾਈ ਹੋਵੇ ਕੀ ਉਸ ਨਾਮ ਨੂੰ ਅਸੀਂ ਗੁਰੂ ਕੇ ਸਿੱਖ ਬੇਮਤਲਬੇ ਲਫ਼ਜ਼ ਕਹਿ ਮੰਨ ਕੇ ਜਪਣੋਂ ਹਟ ਸਕਦੇ ਹਾਂ ਹਾਂ ਉਸੇ ਸੂਰਤ ਵਿੱਚ ਹੀ ਹਟ ਸਕਦੇ ਹਾਂ ਜੇ ਸਾਡੀ ਸ਼ਰਧਾ ਪੂਰਤ ਭਰੋਸੇ ਭਾਵਨਾ ਵਾਲੀ ਬੁੱਧੀ ਵਿਪਰਜੇ ਹੋ ਜਾਵੇ ਅਤੇ ਸਤਗੁਰੂ ਦੀ ਬਾਣੀ ਸਤ-ਸਤ ਕਰ ਮੰਨਣੋਂ ਗੁੰਮਰਾ ਹੋ ਜਾਵੇ ਗੁਰੂ ਕਿਰਪਾ ਕਰੇ ਕਿ ਸਾਡੀ ਸ਼ਰਦਾ ਹੀਣ ਦਸ਼ਾ ਨਾ ਹੋਣੀ ਪਾਵੇ ਅਤੇ ਸਾਡੀ ਇਹ ਸ਼ਰਦਾ ਬਣੀ ਰਹੇ ਕਿ ਗੁਰੂ ਕੀ ਬਾਣੀ ਨੂੰ ਤੁਰ ਕੀ ਬਾਣੀ ਮੰਦੇ ਰਹੀਏ ਅਤੇ ਮਨ ਬਚ ਕਰਮ ਕਰਕੇ ਮੰਦੇ ਰਹੀਏ ਅਤੇ ਸਤਗੁਰੂ ਦੀ ਬਾਣੀ ਬਾਝੋਂ ਹੋਰ ਅਲਪਗ ਪੁਰਸ਼ਾਂ ਦੀਆਂ ਕੱਚੀਆਂ ਕਹਿਣੀਆਂ ਕਹਾਣੀਆਂ ਨੂੰ ਕਦੇ ਵੀ ਰੱਬੀ ਕਲਾਮ ਕਰਕੇ ਨਾ ਮੰਨੀਏ ਕੁਬਾਨ ਕੋ ਬਚਨੀਏ ਤਾਂ ਕਹਿੰਦੇ ਹਨ ਕਿ ਨਾ ਕੋਈ ਨਾਮ ਹੈ ਨਾ ਸਿਮਰਨ ਤੇ ਨਾ ਸਿਮਰਨ ਦਾ ਲਾਭ ਹੈ ਪਰ ਗੁਰੂ ਸਾਹਿਬ ਇਸ ਬਿਦ ਉਹਨਾਂ ਦੇ ਕੰਨ ਖੋਲਦੇ ਹਨ ਯਥਾ ਗੁਰਵਾਕ ਦੁਲਭ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਭਰਮ ਮਿਟਾਇਆ ਗੌੜੀ ਮਹੱਲਾ ਪੰਜਵਾ ਤਨ ਸਤਗੁਰ ਤਨ ਗੁਰਵਾਕ ਦੇਖਿਆ ਨਾਮ ਨਿਸ਼ਾਨ ਸਤਗੁਰ ਦਵਾਰਿਓ ਮਿਲਦਾ ਹੈ ਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਅਤੇ ਸੱਚੀ ਸਾਖੀ ਪਰਦੇ ਹਨ ਕਿ ਨਾਮ ਰੂਪੀ ਸੱਚਾ ਜਪ ਨਿਸ਼ਾਨ ਅਸੀਂ ਪਾਇਆ ਹੈ ਪਰ ਪਾਇਆ ਹੈ ਸਤਗੁਰੂ ਨਾਨਕ ਦੇਵ ਜੀ ਦੇ ਦਵਾਰਿਓਂ ਦਰੋਂ ਘਰੋਂ ਜਿਸ ਦੇ ਪਉਣ ਕਰਕੇ ਇਹ ਦੁਰਲਭ ਮਨੁੱਖਾ ਦੇਹੀ ਪਰਵਾਨ ਅਤੇ ਸਫਲ ਹੋਈ ਹੈ ਅਤੇ ਇਸ ਨਾਮ ਦੇ ਸਿਮਰਨ ਕਰਕੇ ਹੀ ਇਸ ਜਪ ਨਿਸ਼ਾਨ ਦੇ ਤਫੈਲ ਹੀ ਪੂਰਨ ਪਦ ਪਾਇਆ ਹੈ ਅਤੇ ਇਸ ਪਦ ਨੂੰ ਗੁਰਮਤਿ ਨਾਮ ਜਪਣ ਵਾਲਾ ਜਨ ਹੀ ਪਾ ਸਕਦਾ ਹੈ ਫਿਰ ਸਤਗੁਰੂ ਜੀ ਫਰਮਾਉਂਦੇ ਹਨ ਯਥਾ ਗੁਰਵਾਕ ਸਤਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਪਏ ਕਾਮ ਗੋੜੀ ਮਹੱਲਾ ਪੰਜਵਾਂ ਜਪਣ ਜੋਗ ਨਾਮ ਰੂਪੀ ਗੁਰਮੰਤਰ ਕੈਸਸ ਪੁਛਤ ਸਿਤ ਹੋਇਆ ਇਸ ਗੁਰਮੰਤਰ ਰੂਪੀ ਨਾਮ ਦੇ ਆਸਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਰਬ ਕਾਮ ਮਨੋਰਥ ਪੂਰਨ ਹੋਏ ਹਨ ਅਤੇ ਪੂਰਨ ਹੋ ਜਾਂਦੇ ਹਨ ਕੀ ਅਜੇ ਵੀ ਨਾਮ ਰੂਪੀ ਸੁਅੱਖਰਾਂ ਨੂੰ ਬੇਮਤਲਬੇ ਲਫ਼ਜ਼ ਕਿਹਾ ਜਾ ਸਕਦਾ ਹੈ ਹੋਰ ਗੁਰਬਾਖ ਲਵ ਅੰਤਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭੈ ਸਗਲ ਕਾਮ ਗੌੜੀ ਮਹੱਲਾ ਪੰਜਵਾਂ ਕੀ ਅਜੇ ਵੀ ਨਾਮ ਮ੍ਰਿਗ ਤ੍ਰਿਸ਼ਨਾ ਹੀ ਹੈ ਕੀ ਗੁਰੂ ਸਾਹਿਬ ਆਪਣੀ ਪਵਿੱਤਰ ਅਤੇ ਸਤ ਅਤੇ ਅੰਮ੍ਰਿਤ ਤਤ ਬਾਣੀ ਦੁਆਰਾ ਮ੍ਰਿਗ ਤ੍ਰਿਸ਼ਨਾ ਦਾ ਉਪਦੇਸ਼ ਹੀ ਦਿਣਾਉਂਦੇ ਹਨ ਕੈਸੀ ਫੋਰਸ ਨਾਲ ਕੈਸੀ ਦ੍ਰਿੜਤਾ ਨਾਲ ਗੁਰੂ ਸਾਹਿਬ ਸਾਡੇ ਪ੍ਰਤੀ ਉਪਦੇਸ਼ ਦੇ ਹਨ ਕਿ ਅੰਦਨ ਨਿਸਬਾਸੁਲ ਗੁਰਮਤ ਨਾਮ ਜਪੋ ਅਤੇ ਜਪੀ ਜਾਓ ਜਿਸ ਜਪਨ ਕਰ ਸਾਰੇ ਅਰਥ ਕਾਮੋਖ ਸਿੱਧ ਹੋ ਜਾਂਦੇ ਹਨ ਸਰਬ ਮਨੋ ਕਾਮਨਾ ਪੂਜਾਵਨ ਹਾਰੇ ਮੋਕਸ਼ ਦਾਤਾ ਨਾਮ ਨੂੰ ਬੇਮਤਲਬਾ ਨਾਮ ਆਖਣ ਵਾਲਿਆਂ ਉੱਤੇ ਅਫਸੋਸ ਸਦ ਅਫਸੋਸ ਨਾਮ ਜਪਣ ਦੇ ਪਰ ਮਤਲਬ ਹੋਣ ਦੀ ਮੂਹ ਬੋਲਦੀ ਤਸਵੀਰ ਇਹ ਅਗਲੇਰੇ ਗੁਰਵਾਖ ਕੈਸੀ ਸੋਣੀ ਖਿੱਚਦੇ ਹਨ ਯਥਾ ਗੁਰਵਾਕ ਜਾਸ ਜਪਤ ਭਾਉ ਅਪਦਾ ਜਾਏ ਤਾਵਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨ ਲੱਗਾ ਜਾਸ ਜਪਤ ਇਹ ਹਉਮੈ ਭੱਗੈ ਜਾਸ ਜਪਤ ਵਸ ਅੰਮੈ ਪੰਚਾ ਜਾਸ ਜਪਤ ਰਿੱਧ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜਜੈ ਜਾਸ ਜਪਤ ਹਰ ਦਰਗਾ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੇਂ ਸਾਧ ਜਾਸ ਜਪਤ ਮਨ ਸੀਤਲ ਹੋਵੇ ਜਾਸ ਜਪਤ ਮਲ ਸਗਲੀ ਖੋਵੇ ਜਾਸ ਜਪਤ ਰਤਨ ਹਰ ਮਿਲੇ ਬਾਹਰ ਨਾ ਛੋੜਾ ਹਰ ਸੰਗ ਹਿਲੇ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ जास जपत ए काल न जोहत जास जपत तेरा निर्मल माथा जास जपत सगला दुख लाथा था जास जपत मुश्किल कछु न बने जास जपत सुन अनहत तुन जास जपत ए निर्मल सोए जास जपत ਕਮਲ ਸਿੱਧਾ ਹੋਏ ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕੋ ਨਾਨਕ ਜਿਸ ਸਤਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਦੇਖਿਆ ਨਾਮ ਜਪਣ ਦੀ ਪਾਰਸ ਕਲਾ ਦੇ ਪ੍ਰਭਾਵ ਕਰਕੇ ਕਿੰਨੀਆਂ ਬਰਕਤਾਂ ਆਵ ਉਠਦੀਆਂ ਹਨ ਨਾਮ ਜਪਣ ਕਰ ਡਰ ਭਉ ਅਪਦਾ ਦੂਰ ਹੋ ਜਾਂਦੀ ਹੈ ਅਤੇ ਨਾ ਥਿਰ ਰਹਿਣ ਵਾਲਾ ਦੇਦਸ ਧਾਵਣ ਵਾਲਾ ਮਨੂਆ ਥੈਸ ਆ ਜਾਂਦਾ ਹੈ ਬਹੁੜ ਪਟਕਦਾ ਪਰਮਦਾ ਨਹੀਂ ਨਾਮ ਜਪਣ ਕਰਕੇ ਫੇਰ ਕੋਈ ਦੁੱਖ ਨਹੀਂ ਲੱਗਦਾ ਫੇਰ ਤੋਂ ਭਾਵ ਨਾਮ ਗੁਰਮੰਤਰ ਮਿਲਣ ਪਛਾਤ ਨਾਮ ਦੀ ਅਭਿਆਸ ਕਮਾਈ ਅਰੰਭਣ ਪਛਾਤ ਬਹੁੜ ਦਰਦ ਦੁੱਖ ਵਿਆਪਨੋ ਰਹਿ ਖੜੋਂਦੇ ਹਨ ਨਾਮ ਜਪਣ ਕਰਕੇ ਹਉਮੈ ਦਾ ਰੋਗ ਵੀ ਨਸ ਭਜ ਜਾਂਦਾ ਹੈ ਨਾਮ ਦੇ ਜਪਣ ਕਰਕੇ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਸਗਤ ਹੋ ਜਾਂਦੇ ਹਨ ਭਾਵ ਦਮਨ ਹੋ ਜਾਂਦੇ ਹਨ ਨਾਮ ਜਪਣ ਕਰਕੇ ਹਿਰਦੇ ਘਟ ਅੰਦਰ ਅੰਮ੍ਰਿਤ ਰਸ ਦਾ ਸੰਚਾਰ ਹੁੰਦਾ ਹੈ ਨਾਮ ਜਪਣ ਕਰ ਤ੍ਰਿਸ਼ਨਾ ਰੋਗ ਜੋ ਸਰਬ ਸੰਸਾਰ ਨੂੰ ਵਿਆਪ ਰਿਹਾ ਹੈ ਦੂਰ ਹੋ ਜਾਂਦਾ ਹੈ ਅਰਥਾਤ ਸਾਰੀ ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦੇ ਜਪਣ ਕਰਕੇ ਸੱਚੀ ਦਰਗਾਹ ਵਿਖੇ ਜਾ ਸਿੱਜੀਦਾ ਹੈ ਨਾਮ ਜਪਣ ਕਰ ਕੋਟ ਅਪਰਾਧ ਮਿਟ ਜਾਂਦੇ ਹਨ ਨਾਮ ਦੇ ਜਪਣ ਕਰ ਹੀ ਸੱਚੇ ਸਾਧ ਹੋ ਜਾਈਦਾ ਹੈ ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ ਜਿਨਾਂ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਗੌੜੀ ਕੀ ਵਾਰ ਮਹੱਲਾ ਪੰਜਵਾਂ ਨਾਮ ਜਪਣ ਕਰ ਮਨ ਸੀਤਲ ਸ਼ਾਂਤ ਹੋ ਜਾਂਦਾ ਹੈ ਕੇਵਲ ਨਾਮ ਜਪਣ ਕਰ ਸੱਚੀ ਸੀਤਲਤਾ ਅਤੇ ਸੱਚੀ ਸ਼ਾਂਤਮਈ ਦਸ਼ਾ ਪ੍ਰਾਪਤ ਹੁੰਦੀ ਹੈ ਐਵੇਂ ਨਹੀਂ ਨਾਮਹੀਣ ਜਨਤਾ ਦੀਆਂ ਸੜੀਆਂ ਸ਼ਾਂਤਮਈਆਂ ਸਭ ਫੋਕੀਆਂ ਹਨ ਨਾਮ ਜਪਣ ਕਰ ਜਨਮ ਜਨਮ ਦੀ ਸਗਲੀ ਮੈਲ ਮਲਿਆ ਮੇਠ ਹੋ ਜਾਂਦੀ ਹੈ ਅਤੇ ਹਰ ਹਰ ਹੀਰਾ ਰਤਨ ਜੋਤ ਪ੍ਰਕਾਸ਼ ਦੇ ਪ੍ਰਤੱਖ ਦਰਸ਼ਨ ਹਾਰਨੀ ਸਰੂਪ ਵਿੱਚ ਪ੍ਰਾਪਤ ਹੁੰਦਾ ਹੈ ਜੋਤ ਰਸ ਵਿਗਾਸ ਦੀ ਵਿਵਸਥਾ ਪ੍ਰਾਪਤ ਹੋ ਜਾਣ ਪਰ ਵੀ ਨਾਮ ਦਾ ਅਜੱਪਾ ਜਾਪ ਨਹੀਂ ਛੱਡ ਹੁੰਦਾ ਨਾਮ ਜਪਣ ਕਰ ਹਰੀ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਨਾਮ ਜਪਣ ਕਰ ਕੋਟ ਬੇਕੁੰਠਾਂ ਦੇ ਵਾਸ ਦਾ ਸੁਖ ਪ੍ਰਾਪਤ ਹੁੰਦਾ ਹੈ ਨਾਮ ਜਪਣ ਕਰ ਸੁਖ ਸਹਿਜ ਪਦ ਵਿਖੇ ਨਿਵਾਸ ਹੋ ਜਾਂਦਾ ਹੈ ਨਾਮ ਦੇ ਜਪਣ ਕਰ ਇਹ ਜਨਮ ਮਰਨ ਜਠਰਾਗਨ ਭੈ ਸਾਗਰੀ ਅਗਨੀ ਜਿਸ ਨਾਲ ਸਾਰਾ ਸੰਸਾਰ ਜਲ ਰਿਹਾ ਹੈ ਨਹੀਂ ਪੁੰਦੀ ਨਾਮ ਦੇ ਜਪਣ ਨਾਲ ਕਾਲ ਨਹੀਂ ਜੋ ਸਕਦਾ ਨਾਮ ਦੇ ਜਪਣ ਨਾਲ ਪਜਨੀਕ ਦਾ ਮੁਖ ਮਾਥਾ ਨੂਰ ਉਜਲਾਰਾ ਹੋ ਜਾਂਦਾ ਹੈ ਨਾਮ ਜਪਣ ਕਰ ਕਲ ਕਲੇਸ਼ ਆਦ ਬਿਆਦ ਉਪਾਦ ਰੂਪੀ ਸਗਲੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਨਾਮ ਜਪਣ ਕਰ ਔਖੀ ਘੜੀ ਵਾਲੀਆਂ ਮੁਸ਼ਕਲਾਂ ਭੀੜੀਆਂ ਤੇ ਅੜੀਆਂ ਆਫਤਾਂ ਕਦੇ ਸਿਰ ਤੇ ਆ ਨਹੀਂ ਬਣਦੀਆਂ ਨਾਮ ਦੇ ਜਪਣ ਕਰ ਹੀ ਦਸ਼ਮ ਦਵਾਰ ਦੀਆਂ ਅਨਹਦ ਦੁਨੀਆਂ ਸੁਣਾਈ ਦਿੰਦੀਆਂ ਹਨ ਨਾਮ ਦੇ ਜਪਣ ਕਰ ਇਹ ਸੰਸਾਰਿਕ ਸੋਏ ਸ਼ੋਭਾ ਵੀ ਨਿਰਮਲ ਹੋ ਆਉਂਦੀ ਅਤੇ ਹੋ ਰਹਿੰਦੀ ਹੈ। ਨਾਮ ਜਪਣ ਕਰ ਨਾਭ ਕਮਲ ਮੂਧਿਓ ਸਿੱਧਾ ਹੋ ਜਾਂਦਾ ਹੈ। ਪ੍ਰਗਾਸ ਭਇਆ ਕੋਲ ਖਿੜਿਆ ਵਾਲੀ ਅਮਰ ਖੀਵੀ ਖੇੜ ਭਣ ਆਉਂਦੀ ਹੈ। ਇਹ ਸਾਰੀਆਂ ਬਰਕਤਾਂ ਪਰ ਦਾਤਨੀ ਸ਼ੁਭ ਦ੍ਰਿਸ਼ਟੀ ਉਸ ਭਾਗੇ ਜੰਤੂ ਪਰ ਹੁੰਦੀ ਹੈ ਜਿਸ ਦੇ ਹਿਰਦੇ ਅੰਦਰ ਨਾਮ ਮੰਤਰ ਦਾ ਪਰਵੇਸ਼ ਹੋ ਜਾਂਦਾ ਹੈ ਗੁਰੂ ਕਰਣਾ ਕਰ ਇਹ ਉੱਪਰ ਲਿਖੀਆਂ ਨਾਮ ਗੁਰ ਮੰਤਰ ਦੇ ਜਾਪ ਅਭਿਆਸ ਦੀਆਂ ਅਮੋਗ ਦਾਤਾਂ ਬਰਕਤਾਂ ਹਨ ਜਿਸ ਨਾਮ ਨੂੰ ਕਿ ਅ ਸਾਡੇ ਨਵੀਨ ਆਗੂ ਬੇਮਤਲਬੀ ਲਫਜ਼ਾ ਲਫਜ਼ੀ ਦੱਸਦੇ ਹਨ ਅਸਲ ਬਾਤ ਇਹ ਹੈ ਕਿ ਉਹਨਾਂ ਨੂੰ ਨਾਮ ਦੀ ਦਾਤ ਅਜੇ ਤੱਕ ਪ੍ਰਾਪਤ ਨਹੀਂ ਹੋਈ ਓਏ ਵਿਚਾਰੇ ਕੀ ਕਰਨ ਜਾਂ ਭਾਗ ਧਰਮੰਦੇ ਨਾਮ ਦੀ ਦਾਤ ਤਾਂ ਕੀ ਪ੍ਰਾਪਤ ਹੋਣੀ ਸੀ ਉਹਨਾਂ ਗੁਰਬਾਣੀ ਵੀ ਅਜੇ ਤਾਂ ਹੀ ਪੜੀ ਵਿਚਾਰੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਦਾ ਪਾਠ ਵੀ ਕਦੇ ਪ੍ਰੇਮ ਸਹਿਤ ਨਹੀਂ ਕੀਤਾ ਹੋਣਾ ਜੇ ਕੀਤਾ ਹੁੰਦਾ ਤਾਂ ਉਹਨਾਂ ਨੂੰ ਨਾਮ ਜਪਣ ਅਤੇ ਨਾਮ ਦੀ ਪਾਰਸ ਕਲਾ ਪਰਥਾਏ ਕਦੇ ਅਜਿਹੇ ਸੰਦੇ ਨਾ ਵਿਆਪਦੇ ਜੋ ਉਹਨਾਂ ਨੂੰ ਗੁਰਮਤ ਤੋਂ ਉੱਕੇ ਹੀ ਗੁਮਰਾ ਕਰ ਦੇ ਉਹਨਾਂ ਦੇ ਭਾ ਦਾ ਉੱਪਰ ਦਿੱਤੇ ਗੁਰ ਪਰਮਾਣਾ ਅੰਦਰ ਦਰਸਾਈ ਨਾਮ ਜਪਣ ਦੀ ਪਾਰਸ ਰਸਾਇਣੀ ਮਹਿਮਾ ਐਵੇਂ ਕਲਪਤ ਗੱਲਾਂ ਹੀ ਹਨ ਉਨਾਂ ਨੂੰ ਗੁਰੂ ਕੇ ਸਿੱਖ ਸਦਾਉਂਦੇ ਹੋਏ ਇਹ ਖਿਆਲ ਕਰਦੇ ਹੋਏ ਰੰਚਕ ਸੋਚ ਨਹੀਂ ਆਉਂਦੀ ਕਿ ਸਰਬਗਤਤਾ ਦੇ ਮਾਲਕ ਸਤਗੁਰ ਕਦੇ ਅਲਪਗ ਜੀਵਾਂ ਵਾਲੀਆਂ ਮਾਨਕਲਪਤ ਗੱਲਾਂ ਕਰ ਸਕਦੇ ਸਨ ਗੁਰੂ ਗੋਸਾਈ ਤਾਂ ਸਰਬਗ ਪੁਰਖ ਵਿਧਾਤੇ ਹੋਏ ਗੁਰੂ ਕਰਦੇ ਪਉਖ ਖਲੋਤੇ ਹੋਏ अथवा ਨਾਮ ਕਮਾਈ ਵਾਲੇ ਗੁਰਮੁਖ ਸਿੱਖ ਸੰਤ ਭਗਤਾਂ ਪਰਥਾਏ ਗੁਰਵਾਕ ਇਹ ਸਚਾਈ ਨਿਰੂਪਨ ਕਰਾਉਂਦੇ ਹਨ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲ ਜੋ ਪਿਖ ਹੈ ਆਖੀ ਰਾਮ ਕਲੀ ਮਹਲਾ ਪੰਜਵਾ ਗੁਰਮਤ ਨਾਮ ਅਭਿਆਸ ਕਮਾਈ ਦੇ ਕਰਨੀ ਵਾਲੇ ਗੁਰਮੁਖ ਜਨਾਂ ਨੂੰ ਨਾਮ ਦੀ ਪਰਸਕਲਾ ਸਬੰਧੀ ਜਿਉਂ-ਜਿਉਂ ਉਹ ਨਾਮ ਕਮਾਈਆਂ ਕਰਦੇ ਹਨ ਤਿਉਂ-ਤਿਉਂ ਉਹਨਾਂ ਨੂੰ ਗੁੱਝੇ ਭੇਦ ਖੁੱਲਦੇ ਜਾਂਦੇ ਹਨ ਜੋ ਉਹ ਪ੍ਰਗਟ ਪਹਾੜੇ ਸੰਗੋ ਪਾਗ ਦੇਖਦੇ ਹਨ ਤਨਕ ਮਾਤਰ ਨਾਮ ਦੀ ਕਮਾਈ ਹੀ ਅਲੌਕਿਕ ਚਮਤਕਾਰ ਪਰ ਜਲਤ ਕਰਾ ਦਿੰਦੀ ਹੈ ਪਰ ਨਾਮ ਅਭਿਆਸ ਕਮਾਈ ਦੀ ਰਹਿਤ ਰਹਿਣੀ ਵਿਵਸਥਾ ਪ੍ਰਾਪਤ ਹੋਣ ਤੋਂ ਪਹਿਲਾਂ ਵੀ ਸ਼ਰਧਾਲੂ ਸਿੱਖ ਜਗਿਆਸੂਆਂ ਨੂੰ ਸਤਿਗੁਰ ਦੀ ਧਰੋਂ ਉਚਾਰੀ ਬਾਣੀ ਉੱਤੇ ਪੂਰਨ ਸ਼ਰਧਾ ਵਿਸ਼ਵਾਸ ਅਤੇ ਭਾਉ ਭਾਵਨੀ ਆਉਣੀ ਅਤਿ ਲਾਜ਼ਮੀ ਹੈ ਸਤਿਗੁਰ ਦੀ ਬਾਣੀ ਜੇਕਰ ਕੋਈ ਸਿੱਖ ਸੱਤ-ਸੱਤ ਕਰ ਨਹੀਂ ਮੰਨਦਾ ਉਸ ਨੂੰ ਗੁਰੂ ਘਰ ਸਿੱਖਸ ਦਾਵਣ ਦਾ ਕੀ ਹੱਕ ਹੈ ਗੁਰਬਾਣੀ ਦੇ ਆਸ਼ੇ ਤੋਂ ਉਲਟ ਗੁਰਮਤ ਦੇ ਸੱਚੇ ਸਿਧਾਂਤ ਤੋਂ ਵਿਰੁੱਧ ਤਰਕ ਕੁਤਰਕੀ ਟਕੌਸਲੇ ਘੜਨੇ ਗੁਰਮਤ ਦੀ ਖੁੱਲਮ ਖੁੱਲੀ ਮੁਖਾਲਫਤ ਕਰਨਾ ਹੈ ਨਾਮ ਜਪਣ ਪਰਥਾਏ ਜਿਤਨੇ ਵੀ ਗੁਰਵਾਖਨ ਤਿਨਾਂ ਦਾ ਆਸ਼ਾ અત્યੰਤ ਸਰਲ ਅਤੇ ਸਪਸ਼ਟ ਹੈ ਉਸ ਵਿੱਚ ਰੰਚਕ ਗੁਲੰਝ ਜਾਂ ਗੂੜ ਗੁਪਤ ਰਮਧਨੀ ਰਾਜ਼ ਅਰਥਾਬੰਦੀ ਨਹੀਂ ਜੋ ਸਮਝ ਵਿੱਚ ਨਾ ਆਵੇ ਜਾਂ ਆਮ ਫਹਿਮ ਨਾ ਹੋਵੇ ਬੜਾ ਦੱਸੋ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮੰਤਨ ਤਰਪੀਐ ਗੌੜੀ ਸੁਖਮਨੀ ਮਹਲਾ 5 ਇਸ ਗੁਰਵਾਕ ਅੰਦਰ ਕਿਹੜਾ ਗੂੜ ਗੁਪਤ ਸਿਧਾਂਤ ਹੈ ਜਿਹੜਾ ਸਮਝ ਵਿੱਚ ਨਹੀਂ ਆ ਸਕਦਾ ਸਪਸ਼ਟ ਹੈ ਕਿ ਇਸ ਗੁਰਵਾਕ ਅੰਦਰ ਬਾਰੰਬਾਰ ਨਾਮ ਜਪਣ ਦੀ ਆਗਿਆ ਹੈ ਤੇ ਨਾਮ ਜਪਣ ਨੂੰ ਅੰਮ੍ਰਿਤ ਦੇ ਗਟਾਕ ਪੁੰਚਣਾ ਦਰਸਾਇਆ ਹੈ ਅ ਸਾਨੂੰ ਗੁਰੂ ਦੇ ਸ਼ਰਧਾਲੂ ਸਿੱਖ ਹੋਣ ਦੀ ਹੈਸੀਅਤ ਵਿੱਚ ਸਾਫ਼ ਮੰਨ ਲੈਣਾ ਚਾਹੀਦਾ ਹੈ ਕਿ ਗੁਰੂ ਕੀ ਆਗਿਆ ਹੈ ਬਾਰੰਬਾਰ ਨਾਮ ਜਪਣ ਦੀ ਅਤੇ ਸਤਿਗੁਰੂ ਸਾਹਿਬ ਦਾ ਇਹ ਕਥਨ ਵੀ ਨਿਰੋਲ ਸੱਚ ਅਤੇ 16 ਅੰਨੇ ਸੱਚ ਹੈ ਕੇ ਨਾਮ ਜਪਣਾ ਅੰਮ੍ਰਿਤ ਦੇ ਘੁੱਟ ਪੀਣਾ ਹੈ ਅਤੇ ਨਾਮ ਜਪਣ ਕਰ ਅਤੇ ਨਾਮ ਰੂਪੀ ਅੰਮ੍ਰਿਤ ਪੁੰਚਣ ਕਰ ਮਨ ਤਨ ਧਰਾਪੀ ਦਾ ਹੈ ਜਦੋਂ ਤਾਈ ਇਹ ਸਰਦਾ ਭਾਵਨੀ ਗੁਰੂ ਕੇ ਵਾਕਾਂ ਉੱਪਰ ਨਹੀਂ ਆਵੇਗੀ ਅਸੀਂ ਨਾਮ ਜਪਣ ਹੀ ਨਹੀਂ ਲੱਗ ਸਕਦੇ ਸ਼ਰਦਾ ਭਾਵਨੀ ਤਾਂ ਕੀ ਉਪਜਣੀ ਸੀ ਅਸੀਂ ਉਲਟੀਆਂ ਤਰਕਾਂ ਗੁਰਬਾਣੀ ਦੇ ਸਿੱਧੇ ਭਾਵ ਉੱਤੇ ਕਰਨ ਲੱਗ ਪੈਂਦੇ ਹਾਂ ਅਤੇ ਐਨ ਇਸ ਆਸ਼ੀਏ ਦੇ ਉਲਟ ਆਪੋ ਆਪਣੀਆਂ ਹੁਜਤਾਂ ਭੇੜਨ ਲੱਗ ਪੈਂਦੇ ਹਾਂ ਆਪਣੀ ਅਲਪਗ ਅਕਲੋਂ ਉਪੰਨੇ ਮਸਲੇ ਘੜਨ ਲੱਗ ਪੈਂਦੇ ਹਾਂ ਕੋਈ ਗਿਆਨੀ ਉਚਰਦਾ ਹੈ ਕਿ ਬਾਰੰਗ ਬਾਰ ਕੋ ਲਫ਼ਜ਼ ਨੂੰ ਕਹੀ ਜਾਣਾ ਅਤੇ ਬਾਣੀ ਬਿਨਾ ਸਮਝੇ ਪੜੀ ਜਾਣਾ ਐਵੇਂ ਬੱਕਰੀ ਵਾਂਗੂ ਮੂੰਹ ਮਾਰਨਾ ਹੈ। ਉਹਨਾਂ ਦੀ ਦਲੀਲਬਾਜ਼ੀ ਇਹ ਹੁੰਦੀ ਹੈ ਕਿ ਬਿਨਾ ਸਮਝੇ ਬਾਣੀ ਨੂੰ ਪੜਨ ਦਾ ਕੋਈ ਲਾਭ ਨਹੀਂ। ਨਾ ਹੀ ਨਾਮ ਜਪਣ ਦਾ ਕੋਈ ਫਲ ਹੈ। ਫਰਜ਼ ਕਰੋ ਕਿ ਬਿਨਾ ਸਮਝੇ ਬਾਣੀ ਪੜਨ ਦਾ ਕੋਈ ਲਾਭ ਨਹੀਂ। ਪਰ ਅਸੀਂ ਪੁੱਛਦੇ ਹਾਂ ਕਿ ਆਪਣੀ ਸਮਝ ਨੂੰ ਬਾਣੀ ਦੇ ਪਿੱਛੇ ਲਾਉਣਾ ਹੈ ਜਾਂ ਬਾਣੀ ਨੂੰ ਸਮਝ ਦੇ ਪਿੱਛੇ ਗੁਰਬਾਣੀ ਨੂੰ ਅਸੀਂ ਆਪਣੀ ਸਮਝ ਦੀ ਕਸੌਟੀ ਨਾਲ ਪਰਖਣਾ ਹੈ ਕਿ ਗੁਰਬਾਣੀ ਨੂੰ ਗੁਰਬਾਣੀ ਦੀ ਰੋਸ਼ਨੀ ਨਾਲ ਸਮਝਣਾ ਹੈ ਅ ਸਾਡੀ ਆਪਣੀ ਅਲਪ ਅਕਲ ਅਤੇ ਸਮਝ ਸਰਬੱਗ ਗੁਰਬਾਣੀ ਦੇ ਉੱਚ ਆਸ਼ੇ ਦੇ ਮੁਕਾਬਲੇ ਵਿੱਚ ਤਾਂ ਹੈ ਹੀ ਕੋ ਅਕਲ ਅਤੇ ਕੁਸਮਝ ਇਸ ਕੁਸਮਜ ਅਤੇ ਅਲਪਗ ਅਕਲ ਨੇ ਆਪਣੇ ਆਪ ਹੀ ਜਾਂ ਆਪਣੀ ਰੋਸ਼ਨੀ ਵਿੱਚ ਸਰਬਗ ਪੁਰਸ਼ਾਂ ਦੇ ਤਤਸਾਰ ਆਸ਼ੇ ਨੂੰ ਸਮਝਣ ਦੀ ਹਮਾਕਤ ਕੀਤੀ ਤਾਂ ਹੀ ਤੇ ਘਰ ਘਰ ਬੂਝ-ਬੁਝक्कੜ ਗਿਆਨੀ ਬਣ ਕੇ ਬੈਠ ਗਏ ਹਨ ਆਪ ਓਝੜ ਜਾ ਰਹੇ ਹਨ ਤੇ ਲੋਕਾਂ ਨੂੰ ਓਝੜ ਪਾ ਰਹੇ ਹਨ ਆਪਣੇ ਜਾਣੇ ਤਾਂ ਉਹ ਮਹਾ ਉੱਚ ਖਿਆਲੀਏ ਗਿਆਨੀ ਹਨ ਅਤੇ ਆਪਣੀ ਇਸ ਮਤਸਰ ਨਾਲ ਮੱਤੇ ਹੋਏ ਆਖਦੇ ਹਨ ਕਿ ਇੱਕ ਬੇਮਾਨੇ ਲਫ਼ਜ਼ਾਂ ਨੂੰ ਬਾਰ-ਬਾਰ ਰੱਟੀ ਜਾਣਾ ਕੋਈ ਉੱਚ ਗਿਆਨ ਵਾਲੀ ਗੱਲ ਥੋੜੋ ਹੀ ਹੈ ਕਾਣਿਆਂ ਵਾਲੀ ਕੋਈ ਕਬਦ ਹੈ ਅਤੇ ਕਮਲਿਆਂ ਵਾਲੀ ਕਾਰ ਹੈ ਸਿਆਣਿਆਂ ਵਾਲੀ ਸਿਆਣਤ ਇਸ ਗੱਲ ਤੇ ਯਕੀਨ ਹੀ ਨਹੀਂ ਲਿਆਉਂਦੀ ਕਿ ਬਾਰੰਗ-ਬਾਰ ਨਾਮ ਜਪਣਾ ਹੀ ਅਸਲ ਭਜਨ ਅਤੇ ਤਤ ਗਿਆਨ ਹੈ ਇਸ ਦਾ ਅਸਲ ਕਾਰਨ ਇਹੋ ਹੈ ਕਿ ਅਸੀਂ ਗੁਰਬਾਣੀ ਨੂੰ ਆਪਣੀ ਅਕਲ ਦੇ ਪਿੱਛੇ ਲਾਉਂਦੇ ਹਾਂ ਆਪਣੀ ਅਕਲ ਨੂੰ ਗੁਰਬਾਣੀ ਪਿੱਛੇ ਨਹੀਂ ਲਾਉਂਦੇ ਜੇ ਲਾਈਏ ਅਤੇ ਲਾਈ ਚੱਲੀਏ ਤਾਂ ਤੜਕ ਨਾਮ ਜਪਣ ਲੱਗ ਜਾਈਏ ਜਦ ਬਾਣੀ ਆਖਦੀ ਹੈ ਕਿ ਬਾਰੰਗ ਬਾਰ ਬਾਰ ਪ੍ਰਭ ਜਪੀਐ ਤਾਂ ਸਾਫ਼ ਅਤੇ ਸਪਸ਼ਟ ਗੁਰ ਆਸ਼ੇ ਨੂੰ ਸਮਝਣ ਅਤੇ ਸਮਝ ਕੇ ਕਮਾਉਣ ਵਿੱਚ ਹੀਲ ਹੁਜਤ ਨਾ ਕਰੀਏ ਪਰ ਅਸੀਂ ਤਾਂ ਜਾਣ ਬੁਝ ਕੇ ਇਸ ਦੇ ਵਿੰਗ ਤੜੰਗੇ ਅਰਥ ਲਾਉਣ ਲੱਗ ਪੈਂਦੇ ਹਾਂ ਕੋਈ ਇਸ ਦੇ ਅਰਥ ਨਿਰੀ ਸੋਚ ਮੈਡੀਟੇਸ਼ਨ ਹੀ ਲਾਉਂਦਾ ਹੈ ਕੋਈ ਗੁਰ ਸ਼ਬਦ ਦੇ ਨਰੇ ਅਰਥ ਵਿਚਾਰ ਨੂੰ ਹੀ ਨਾਮ ਜਪਣਾ ਸਮਝਦਾ ਹੈ ਕੋਈ ਅਕਾਲ ਪੁਰਖ ਦੇ ਗੁਣਾਂ ਨੂੰ ਚਿੰਤਨ ਕਰਨਾ ਹੀ ਨਾਮ ਅਭਿਆਸ ਖਿਆਲ ਕਰੀ ਬੈਠਾ ਹੈ ਕੋਈ ਆਪਣੇ ਮਨਮਨੇ ਖਿਆਲਾਂ ਦੀ ਹੀ ਪਰਮਾਤਮਾ ਮੂਰਤੀ ਬਣਾ ਕੇ ਉਸ ਮੂਰਤੀ ਦੇ ਧਿਆਨ ਧਰਨ ਨੂੰ ਨਾਮ ਅਭਿਆਸ ਕਰਨਾ ਦੱਸਦਾ ਹੈ ਕੋਈ ਕੇਵਲ ਕਾਦਰੇ ਕੁਦਰਤ ਦੀ ਹੋਂਦ ਨੂੰ ਅਨੁਮਾਨ ਕਰਨਾ ਹੀ ਨਾਮ ਜਪਣਾ ਨਿਰਣਾਉਂਦਾ ਹੈ ਤੇ ਇਸ வித ਗੁਰਮਤ ਨਾਮ ਦੇ ਨਿਰਣੇ ਨੂੰ ਹੀ ਨਾਮ ਜਪਣ ਦੀ ਗੁਪਤ ਫਿਲਾਸਫੀ ਦੱਸਦਾ ਹੈ ਕੋਈ ਮੰਨੇ ਦੰਨੇ ਦਾਨੇ ਪ੍ਰਧਾਨੇ ਗਿਆਨੀ ਇਉਂ ਆਪਣਾ ਗਿਆਨ ਨਰਖਾਉਂਦੇ ਹਨ ਕਿ ਇੰਦਰੀਆਂ ਦੇ ਉਕਤੀ ਯੁਕਤੀ ਦੁਆਰਾ ਨਿਰੋਧ ਹੋਣ ਪਰ ਜਦੋਂ ਚਿੱਤ ਬਿਰਤੀ ਦੀ ਇਕਾਗਰਤਾ ਪ੍ਰਾਪਤ ਹੁੰਦੀ ਹੈ ਉੱਥੇ ਜਾ ਕੇ ਜੋ ਤੁਰੀ ਸੁਣਾਈ ਦਿੰਦੀ ਹੈ ਉਹੋ ਹੀ ਅਸਲ ਨਾਮ ਹੈ ਤੇ ਉਸੇ ਨਾਮ ਦੇ ਸੁਣਨ ਮੰਨਣ ਪਰਥਾਏ ਹੀ ਸੁਣਿਆ ਮੰਨਿਆਂ ਦੀਆਂ ਪੌੜੀਆਂ ਘਟਦੀਆਂ ਹਨ ਜਿਨ੍ਹਾਂ ਦਾ ਪਾਠ ਕੇ ਸ੍ਰੀ ਜਬੀ ਸਾਹਿਬ ਵਿਖੇ ਆਉਂਦਾ ਹੈ। ਇਹ ਉਪਰ ਕਥੇ ਨਾਮ ਦੇ ਸਾਰੇ ਨਿਰਣੇ ਚਪਲ ਬੁੱਧੀ ਦੀ ਚਤਰਾਈਆਂ ਦੇ ਸਿੱਟੇ ਹਨ। ਆਪੋ ਆਪਣੀ ਵਿਦਵਤਾ ਦਿਖਾਉਣ ਦੇ ਵਿੰਗੇ ਟੇਢੇ ਯਤਨ ਹਨ। ਗੁਰਬਾਣੀ ਦੇ ਸਰਲ ਸ਼ੁੱਧ ਅਰਥ ਨੂੰ ਵਿਗਾੜ ਕੇ ਟੇਢ ਰਫਸ਼ੀ ਵਿੱਚ ਪੈਣਾ ਅਰਥਾਂ ਦੇ ਅਨਰਥ ਕਰਨਾ ਹੈ। ਆਪ ਧੋਖੇ ਵਿੱਚ ਪੈਣਾ ਅਤੇ ਹੋਰਨਾਂ ਨੂੰ ਧੋਖੇ ਵਿੱਚ ਪਾਉਣਾ ਹੈ ਇੱਕ ਉੱਗੇ ਜਰਨਲਿਸਟ ਆਪਣਾ ਆਰਟੀਕਲ ਨਾਮ ਬਾਣੀ ਪਰਥਾਏ ਲਿਖਦੇ ਲਿਖਦੇ ਇਉਂ ਲਿਖ ਦਿੰਦੇ ਹਨ ਬਾਣੀ ਪੜਨਾ अथवा ਵੈਗਰੂ ਵੈਗਰੂ ਕਹਿਣਾ ਭਜਨ ਦੀਆਂ ਬਾਹਰਲੀਆਂ ਸ਼ਕਲਾਂ ਹਨ ਅਸਲ ਭਜਨ ਤਾਂ ਪਰਮਾਤਮਾ ਦੇ ਪ੍ਰੇਮ ਪਰਮਾਤਮਾ ਦੀ ਬੇਅੰਤਤਾ ਅਤੇ ਪਰਮਾਤਮਾ ਦੀ ਅਸਚਰਜਤਾ ਵਿੱਚ ਲੀਨ ਹੋਣਾ ਹੈ جس دا સ્પષ્ટ ભાવ اے ہے کہ ਬਾਣੀ پڑھنا अथवा ਵૈਗਰੂ ਵૈਗਰੂ کہنا اصل ਭਜਨ نہیں جس نو ਸਾਡੇ ਅਨੂਠੇ ਜਰਨਲਿਸਟ ਜੀ اصل ਭਜਨ ਆਖਦੇ ਹਨ ਉਹ ਤਾਂ ਭਜਨੀਕ ਦੀ ਆਤਮ ਬਵਸਥਾ ਹੈ نہ کہ ਭਜਨ ਪਰਮਾਤਮਾ ਦੇ પ્રેમ ਵਿੱਚ ਲੀਨ ਹੋਣਾ ਪਰਮਾਤਮਾ ਦੀ ਬੇਅੰਤਤਾ ਤੇ ਪਰਮਾਤਮਾ ਦੀ ਅਸਚਰਜਤਾ ਵਿੱਚ ਲੀਨ ਹੋਣਾ ਇਹ ਤਾਂ ਇੱਕ ਆਤਮ ਬਵਸਥਾ ਹੈ نہ کہ ਭਜਨ ਤਾਂ ਦੱਸੋ ਭਦੀਨ ਕਿਹੜਾ ਰਹਿ ਗਿਆ ਬਾਣੀ ਪੜਨਾ ਯਾ ਵਾਹਿਗੁਰੂ ਵਾਹਿਗੁਰੂ ਆਖਣਾ ਤਾਂ ਜਰਨਲਿਸਟ ਜੀ ਦੇ ਭਾਣੇ ਅਸਲ ਭਜਨ ਨਹੀਂ ਕੀ ਹੈ ਸਾਡੇ ਆਤਮ ਅਵਸਥਾ ਨੂੰ ਭਜਨ ਦੱਸਣ ਵਾਲੇ ਭਜਨੀਕ ਜੀ ਉਸ ਬਵਸਥਾ ਵਿੱਚ ਆਪੇ ਹੀ ਲੀਨ ਹੋ ਜਾਣਗੇ ਮਰੇ ਅਨੁਮਾਨ ਦੁਆਰਾ ਹੀ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੋ ਜਾਣਗੇ ਜਾਂ ਕਾਦਰ ਦੀ ਕੁਦਰਤ ਦਾ ਬਹਿਰੰਗ ਨਜ਼ਾਰਾ ਦੇਖ ਕੇ ਹੀ ਉਸ ਦੀ ਬੇਅੰਤਤਾ ਅਤੇ ਅਸਚਰਜਤਾ ਵਿੱਚ ਲੀਨ ਹੋਣਗੇ ਇਸ ਹਾਲਤ ਵਿੱਚ ਵੀ ਸਾਡੇ ਲੀਨਤਾ ਦੇ ਅਨੁਮਾਨ ਵੇਤਾ ਜੀ ਨੂੰ ਉਹਨਾਂ ਬਵਸਥਾਵਾਂ ਵਿੱਚ ਲੀਨ ਹੋਣ ਲਈ ਬਾਹਰਲੀਆਂ ਸ਼ਕਲਾਂ اختیار ਕਰਨੀਆਂ ਪੈਣਗੀਆਂ ਅਸਲ ਵਿੱਚ ਭਜਨ ਤਾਂ ਫੇਰ ਵੀ ਕਿਨਾਰੇ ਹੀ ਰਹਿ ਗਿਆ ਲਿੰਤਾ ਵਾਲੀ ਵਿਵਸਥਾ ਨੂੰ ਪ੍ਰਾਪਤ ਹੋਣ ਦਾ ਕੋਈ ਤੱਤ ਸਾਧਨ ਹੋਣਾ ਚਾਹੀਦਾ ਹੈ ਨਾ ਕਿ ਗੱਲੀਬਾਤੀ ਲੇਵਲੀਨਤਾ ਪ੍ਰਾਪਤ ਕਰ ਲੈਣੀ ਕੈਸੀ ਮੁਗਾਲਤੇ ਵਿੱਚ ਪਹਿਣ ਅਤੇ ਪਾਉਣ ਵਾਲੀ ਟੇਢ ਫਿਲਾਸਫੀ ਹੈ ਅ ਸਾਡੇ ਟੇਢ ਰਵਸ਼ੀਏ ਲਾਜੀਸ਼ੀਅਨ ਜੀ ਫੇਰ ਇਸ ਵਿੱਚ ਉਚਰਦੇ ਹਨ ਕੇਵਲ ਵਾਹਿਗੁਰੂ ਵਾਹਿਗੁਰੂ ਕਹਿਣਾ ਭਜਨ ਨਹੀਂ ਸਗੋਂ ਨਾਲ ਹੀ ਉਸ ਦੀ ਕੁਦਰਤ ਤੇ ਕਾਦਰ ਦੇ ਗੁਣਾਂ ਦੇ ਹੁਲਾਰੇ ਵਿੱਚ ਉੱਡਣਾ ਭਜਨ ਹੈ ਇਥੇ ਫਿਰ ਟੇਢੀ ਥਿਊਰੀ ਵਾਲਾ ਮਗਲਤਾ ਹੈ ਕੁਦਰਤ ਤੇ ਕਾਦਰ ਦੇ ਗੁਣਾਂ ਦੇ ਹੁਲਾਰੇ ਵਿੱਚ ਉੱਡਣਾ ਮਨ ਦੀ ਨਿਰੀ ਅਨੁਮਾਨਕ ਅਵਸਥਾ ਹੈ ਨਾ ਕਿ ਭਜਨ ਗੱਲ ਕੀ ਅੱਜਕੱਲ ਭਜਨ ਦੀਆਂ ਇਸ ਵਿਦ ਮਨਮਨੀਆਂ ਡੈਫੀਨੇਸ਼ਨਾਂ ਲੱਛਣ ਤੇ ਤਰੀਫਾਂ ਹੋ ਰਹੀਆਂ ਹਨ ਗੁਰਮਤ ਦਰਸਾਏ ਗੁਰਬਾਣੀ 부ਝਾਏ ਭਜਨ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ ਅੱਗੇ ਜਾ ਕੇ ਉਹੀ ਟੇਢ ਰਵਸ਼ੀਏ ਮੰਤਕੀ ਦੀ ਇਹ ਨਵੇਂ ਮੰਤਕ ਛਾਂਟਦੇ ਹਨ ਜਿਸ ਦੇ ਦਿਲ ਵਿੱਚ ਪ੍ਰੇਮ ਤੇ ਸ਼ਰਧਾ ਹੈ ਉਹ ਭਾਵੇਂ ਕਿਸੇ ਗੁਣ ਵਾਲੇ ਨਾਮ ਦਾ ਹੀ ਜਾਪ ਕਰੇ ਉਸ ਦੇ ਮਨ ਵਿੱਚ ਹਰੀ ਇੱਕ ਪਰਮਾਤਮਾ ਦੇ ਗੁਣਾਂ ਦੇ ਉਛਾਲੇ ਵੱਜਣਗੇ ਇਹ ਗੁਣ ਉਸ ਨੇ ਕੋਈ ਉਸ ਲਫ਼ਜ਼ ਵਿੱਚੋਂ ਤਾਂ ਨਹੀਂ ਕੱਢਣੇ ਸਗੋਂ ਆਪਣੇ ਪ੍ਰੇਮ ਵਿੱਚੋਂ ਕੱਢਣੇ ਹਨ ਇੱਥੇ ਸਾਡੇ ਮੰਤਕੀ ਜੀ ਬਰਮੁਖੀ ਅਰਥਾਤ ਨਿਜ ਕਥੇ ਲਫਜ਼ੀ ਨਾਮ ਤੋਂ ਵੀ ਮੁਨਕਰ ਹੋ ਗਏ ਨਿਰੇ ਪ੍ਰੇਮ ਅਤੇ ਸ਼ਰਧਾ ਉੱਤੇ ਹੀ ਸ਼ੱਕ ਕਰ ਜਾ ਹੋਏ ਪਰ ਅਸੀਂ ਫੇਰ ਪੁੱਛਦੇ ਹਾਂ ਕਿ ਇਹ ਸ਼ਰਧਾ ਅਤੇ ਪ੍ਰੇਮ ਆਪੇ ਹੀ ਕਿਵੇਂ ਉਪਜਾਉਣਗੇ ਅਤੇ ਉਹ ਸ਼ਰਧਾ ਤੇ ਪ੍ਰੇਮ ਹੀ ਕੀ ਹੋਏ ਜਿਸ ਦੇ ਕਾਰਨ ਪ੍ਰੇਮੀ ਅਤੇ ਸ਼ਰਧਾਲੂ ਜਨ ਭਾਵੇਂ ਕਿਸੇ ਹੀ ਗੁਣ ਵਾਲੇ ਨਾਮ ਦਾ ਜਾਪ ਜਪਦੇ ਫਿਰਨ ਐਸੀ ਸ਼ਰਧਾ ਹੀ ਤੇ ਚਲੀ ਹੋਈ ਸ਼ਰਦਾ ਹੈ ਐਸਾ ਪ੍ਰੇਮ ਹੀ ਉੱਜੜ ਭਰਮੀਆਂ ਪ੍ਰੇਮ ਹੈ ਜਿਸ ਦੀ ਟੇਕ ਇੱਕ ਨਾਮ ਨਿਸ਼ਾਨ ਉੱਤੇ ਨਹੀਂ ਟਿੱਕੀ ਨਾਮ ਦੀ ਟੇਕ ਬਿਹੂਣ ਆਪ ਹੁਦਰਾ ਸ਼ਰਦਾ ਪ੍ਰੇਮ ਉਪਜਣਾ ਇੱਕ ਅਣਹੂਣੀ ਗੱਲ ਹੈ ਯਥਾ ਗੁਰਵਾਕ ਆਪਣਾ ਲਾਇਆ ਪਰਮ ਨਾ ਲੱਗਈ ਜੇ ਲੋਚੈ ਸਭ ਕੋਏ ਏ ਪਰਮ ਪਿਆਲਾ ਖਸਮ ਕਾ ਜੈ ਭਵ ਤੈ ਦੇ ਸਲੋਕ ਸ਼ੇਖ ਫਰੀਦ ਕੇ ਮਹਲਾ ਤੀਜਾ ਇਹ ਖਸਮ ਕਾ ਪ੍ਰੇਮ ਪਿਆਲਾ ਨਾਮ ਦਾ ਪਿਆਲਾ ਹੈ ਸੋ ਨਾਮ ਦਾ ਪਿਆਲਾ ਉਸ ਨੂੰ ਮਿਲਦਾ ਹੈ ਜੋ ਖਸਮ ਨੂੰ ਪੌਂਦਾ ਹੈ ਖਸਮ ਨੂੰ ਸੋਈ ਜਨ ਪੌਂਦਾ ਹੈ ਜੋ ਖਸਮ ਦੇ ਬਾਣੇ ਅੰਦਰ ਚੱਲੇ ਅਤੇ ਜੋ ਜਨ ਗੁਰੂ ਕਰਤਾਰ ਦੇ ਭਾਣੇ ਅੰਦਰ ਚੱਲਦੇ ਹਨ ਸੋਈ ਗੁਰੂ ਕੇ ਸੱਚੇ ਸਿੱਖ ਹਨ ਯਥਾ ਗੁਰਵਾਖ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣਾ ਭਾਣ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਸੂਰਠ ਮਹਲਾ 3 ਗੁਰੂ ਕੇ ਭਾਣੇ ਮਈ ਆਗਿਆ ਮੰਦੇ ਹੋਏ ਜਿਨ੍ਹਾਂ ਨੇ ਸੀਸ ਤੱਲੀ ਤੇ ਰੱਖ ਕੇ ਗੁਰਸਿੱਖੀ ਕਬੂਲੀ ਧਾਰਨ ਕੀਤੀ ਹੈ ਤਿਨਾਂ ਨੂੰ ਨਾਮ ਰੂਪੀ ਪ੍ਰੇਮ ਪਿਆਲੇ ਦੀ ਬਖਸ਼ਿਸ਼ ਹੁੰਦੀ ਹੈ ਐਵੇਂ ਨਹੀਂ ਅਤੇ ਇਸ ਪਾਰਸ ਰਸਾਇਣੀ ਨਾਮ ਰੂਪੀ ਦਾਤ ਇਲਾਹੀ ਨੂੰ ਗੁਰਦੁਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਗੁਰਦੇਵ ਦੇ ਤਾਬਿਆ ਪੰਚ ਪਰਵਾਣ ਗੁਰਮੁਖ ਸਿੰਘਾਂ ਪਿਆਰਿਆਂ ਦੀ ਰਾਹੀ ਅੰਮ੍ਰਿਤ ਖੰਡੇ ਦਾ ਛੱਕੇ ਅਤੇ ਨਾਮ ਗੁਰਮੰਤਰ ਦੇ ਪਾਤਰ ਹੋ ਕੇ ਪ੍ਰਾਪਤ ਕਰੀਦਾ ਹੈ ਇਹੋ ਨਦਰੀ ਨਦਰ ਨਿਹਾਲ ਗੁਰੂ ਅਕਾਲ ਦੀ ਕਿਰਪਾ ਹੈ ਇਹੋ ਨਦਰ ਮੇਰ ਹੈ ਜੋ ਗੁਰੂ ਦਵਾਰੇ ਹੋਏ ਕੇ ਸਾਹਿਬ ਨੂੰ ਸੰਮਾਨਣ ਲਈ ਪੰਜਾਂ ਪਿਆਰਿਆਂ ਅੱਗੇ ਪਾਸਤਰ ਅਧਿਕਾਰੀ ਹੋ ਕੇ ਹਾਜ਼ਰ ਹੁੰਦੇ ਹਨ ਉਹਨਾਂ ਹਾਜ਼ਰ ਹਜ਼ੂਰ ਬੰਦਿਆਂ ਉੱਤੇ ਨਦਰ ਮੇਰ ਹੁੰਦੀ ਹੈ ਪਰ ਨਦਰ ਕਰਮੀਏ ਬੰਦੇ ਕੇਵਲ ਕਿਰਪਾ ਉੱਤੇ ਸ਼ਾਕਰ ਰਹਿ ਕੇ ਨਾਮ ਅਭਿਆਸ ਕਮਾਈਆਂ ਛੱਡ ਨਹੀਂ ਪੈਂਦੇ ਬਹੁਤ ਸਾਰੇ ਨਾਮ ਨਖਟੂ ਮਚਲ ਹੋ ਕੇ ਨਾਮ ਤੋਂ ਗਮਰੁੱਠ ਹੋ ਜਾਂਦੇ ਹਨ ਨਾਮ ਤਾਂ ਉਹ ਜਪ ਨਹੀਂ ਸਕਦੇ ਨਾ ਜਪਣ ਦੀ ਸਾਹਸ ਖੁਆਹਿਸ਼ ਹੁੰਦੀ ਹੈ ਤੇ ਬਹਾਨੇ ਲਾਉਂਦੇ ਹਨ ਇਸ ਪ੍ਰਕਾਰ ਕਿ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਉਦੋਂ ਨਾਮ ਜਪਾਂਗੇ ਭਾਈ ਕਿਰਪਾ ਬਿਨਾਂ ਨਾਮ ਜਪ ਨਹੀਂ ਹੁੰਦਾ ਪਰ ਗੁਰੂ ਕਿਰਪਾਲ ਦੀ ਕਿਰਪਾ ਆਪਣੇ ਹੁਕਮੀ ਬੰਦੇ ਸਿੰਘ ਉੱਤੇ ਹੋਵੇਗੀ ਪਹਿਲਾ ਹੁਕਮੀ ਬੰਦਾ ਹੋਣਾ ਸਿੱਖ ਦਾ ਫਰਜ਼ ਹੈ ਪਿੱਛੋਂ ਉਸ ਦੀ ਨਦਰ ਮੇਰ ਦਾ ਪਾਤਰ ਉਹ ਆਪੇ ਹੀ ਬਣ ਜਾਂਦਾ ਹੈ ਸਤਗੁਰੂ ਦਾ ਹੁਕਮ ਕਮਾਉਣ ਹਾਰੇ ਸਿੱਖ ਸੇਵਕ ਅੰਦਰ ਹਉਮੈ ਦਾ ਲੇਸ ਨਹੀਂ ਲੱਗਦਾ ਉਹ ਤਾਂ ਸਤਗੁਰੂ ਦਾ ਹੁਕਮ ਕਮਾਉਣਾ ਆਪਣਾ ਸੁਭਾਗ ਸਮਝਦਾ ਹੈ ਤੇ ਆਪਣੀ ਅਧਮ ਸੇਵਾ ਸਮਝਦਾ ਹੈ ਸਤਿਗੁਰ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਵੀ ਹੁਕਮ ਲਵੋ ਉਹ ਇਹੀ ਹੁਕਮ ਦਿੰਦੇ ਹਨ ਨਾਮ ਜਪੋ ਨਾਮ ਅਭਿਆਸ ਕਮਾਈਆਂ ਕਰੋ ਸਭ ਧੰਦ ਬੰਦ ਤੋਂ ਮੁਕਤ ਅਤੇ ਸੱਚੀ ਕਾਰ ਕਮਾਉਣੀ ਨਾਮ ਰੂਪੀ ਸੁਕ੍ਰਿਤ ਕਰਨੀ ਹੈ ਜੋ ਜਨ ਨਾਮ ਕਮਾਈਆਂ ਵਾਲੀ ਸੁਕૃત ਕਰਨੀ ਰੂਪੀ ਕਾਰ ਕਮਾਉਣ ਲੱਗ ਗਿਆ ਉਹ ਗੁਰੂ ਦਾ ਸਭ ਤੋਂ ਸ੍ਰੇਸ਼ਟ ਹੁਕਮੀ ਬੰਦਾ ਸਿੰਘ ਸੁਜਾਨ ਹੈ ਉਸ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਅਤੇ ਹੋਰ ਵੀ ਹੋਵੇਗੀ ਅਤੇ ਦਿਨੋਂ ਦਿਨ ਖਿਨੋਂ ਖਿਨ ਹੁੰਦੀ ਰਹੇਗੀ ਨਾਮ ਨਖਟੂ ਗੁਰ ਹੁਕਮ ਅਦੂਲ ਮਨਮੁਖੀ ਨਿਗਰੇ ਨਿਗਸਾਏ ਮਾਣੂਆ ਉੱਪਰ ਕਹੀ ਕਿਰਪਾ ਉਹ ਕਦਾਜਤ ਇਹ ਆਸ ਨਾ ਰੱਖਣ ਕਿ ਅਨਾਚੇਤ ਕਿਰਪਾ ਹੋ ਜਾਵੇਗੀ ਜੇਕਰ ਸਾਜ਼ੋ ਨਾਦਰ ਕਿਸੇ ਖਾਸ ਉਤੇ ਇਹ ਅਨਾਚੇਤ ਕਿਰਪਾ ਹੋ ਗਈ ਹੋਵੇ ਤਾਂ ਇਹ ਸਮਝੋ ਉਹ ਉਸਦੇ ਪੂਰਬਲੇ ਜਨਮ ਦੇ ਕਰਮਾਂ ਦਾ ਅਰਕੂਰ ਫਲ ਉਸ ਨੂੰ ਮਿਲਿਆ ਹੈ ਨਦਰ ਕਰਮ ਦਾ ਔਤਪੋਤ ਇਤਹਾਦੀ ਧਰਮ ਹੈ ਜੋ ਅਵਸ਼ ਆਪਣਾ ਫਲ ਦਿਖਾਵੇਗਾ ਏ ਜੋ ਕਹਿੰਦੇ ਹਨ ਕਿ ਨਾਮ ਦੀਆਂ ਕਮਾਈਆਂ ਕੀਤੇ ਬਿਨਾ ਕੇਵਲ ਕਿਰਪਾ ਦੁਆਰਾ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇਗੀ ਕਿਰਪਾ ਪਾਤਰ ਨੂੰ ਨਾਮ ਜਪਣ ਦੀ ਲੋੜ ਨਹੀਂ ਇਹ ਉਹਨਾਂ ਦਾ ਬਿਲਕੁਲ ਲਗਵ ਖਿਆਲ ਅਤੇ ਮਨਮਤ ਭਰਿਆ ਫੋਕਾ ਟਕੋਸਲਾ ਹੈ ਗੁਰਵਾਖ ਹੈ ਜਾਂਕੋ ਆਪਣੀ ਕਿਰਪਾ ਧਾਰ ਸੋ ਜਨ ਰਸਨਾ ਨਾਮ ਉਚਾਰੈ ਗੌੜੀ ਮਹਲਾ 5ਵਾਂ ਰਸਨਾ ਦੁਆਰਾ ਨਾਮ ਉਚਾਰਨ ਦੀ ਕਮਾਈ ਕਿਰਪਾ ਪਾਤਰ ਸਿੱਖ ਸੇਵਕ ਦੀ ਹਰ ਛਿੰ ਅਤੇ ਹਰ ਸਮੇ ਬਣੀ ਰਹੇਗੀ ਓ ਮਿੱਟੀ ਦਾ ਮਟਨ ਹੋ ਕੇ ਕਦੇ ਵੀ ਨਹੀਂ ਬੈਠੇਗਾ